साथ संगत जी, आप जी ने गुरु अमरदास सच पातशाह दा जस सरवण कीता, गुर प्रताप सूरज विचों ते संत निशान सिंह जी ने बड़े मनोहर ढंग नाल, बड़े रोचक ढंग नाल तुहानू सच पातशाह दी ते सच पातशाह दे उह बड़े प्यारे सिख भाई सौणमल जी की साखी सुनाई है कि किस तरह गरीब नवाज ने उन्हां तों सेवा लई, किस तरह उन्होंने लकड़ां लियांदियां, किस तरह उन्हां दी खेड़ सी कि जदों भाई साहब उत्थे गए ते राजे दा पुत्तर मर गया ते किस तरह सतगुरु अमरदास सच पातशाह की कृपा नाल उन्होंने वो पुत्तर नूं जिउंदा कीता ते किस तरह उन्होंने लकड़ां भेजियां ते किस तरह वो सच्चे पातशाह दी माया विच, उस ही प्रभु दी माया विच पै के फिर भुल गए। मैं अर्ज करां कि कृपा भी वह करदा है ते भुलाउंदा भी वह ही है। सानू ये किसे वेले भुलेखा पै जांदा है कि मैं कीता, मैं करदा, मेरे करके हुंदा है, क्योंकि माया इन्नी प्रबल हुंदी है। ਅਤੇ ਕਿਸ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਚਲੋ ਇਹ ਰੁਮਾਲ ਤਾਂ ਬੜੇ ਬਹਾਨੇ ਨੇ, ਪਰ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ 'ਤੇ ਕਿਰਪਾ ਕੀਤੀ ਅਤੇ ਉਹਨਾਂ ਨੇ ਆ ਕੇ ਗਰੀਬ ਨਵਾਜ ਤੋਂ ਉਹ ਭੁੱਲ ਬਖਸ਼ਾਈ। ਤਾਂ ਦੇਣ ਵਾਲਾ ਤਾਂ ਉਹ ਮਾਲਕ ਹੀ ਹੈ, ਔਰ ਬੜੀ ਸੋਹਣੀ, ਬੜੀ ਸਿੱਖਿਆ ਦੇਣ ਵਾਲੀ ਸਾਖੀ ਹੈ। ਤੁਸੀਂ ਆਪ ਇਹ ਸਾਖੀਆਂ ਸੁਣਦੇ ਹੋ, ਤੁਸੀਂ ਇਹ ਸਾਖੀਆਂ ਬੱਚਿਆਂ ਨੂੰ ਸੁਣਾ ਸਕਦੇ ਹੋ। ਜਿਨ੍ਹਾਂ ਨੂੰ ਨਾ ਸਮਝ ਆਈ ਹੋਵੇ, ਤੁਸੀਂ ਕਿਸੇ ਨੇ ਇਹ ਸਾਖੀ ਦੁਬਾਰਾ ਸੁਣਨੀ ਹੋਵੇ, ਕਿਉਂਕਿ ਨਾਲ ਸੂਰਜ ਪ੍ਰਕਾਸ਼ ਪੜ੍ਹਦਿਆਂ ਇਹ 3 ਦਿਨ ਵਿੱਚ ਸੰਤਾਂ ਨੇ ਪੂਰੀ ਕੀਤੀ ਹੈ, ਤੁਸੀਂ ਵੱਖਰੇ ਸੰਤਾਂ ਨੂੰ ਮਿਲ ਕੇ ਉਹਨਾਂ ਤੋਂ ਫਿਰ ਉਹ ਸਾਖੀ ਸੁਣ ਸਕਦੇ ਹੋ। ਜੇ ਕਿਤੇ ਸੰਤ ਨਹੀਂ ਮਿਲਦੇ, ਕਮਾਲ ਸਿੰਘ ਹੁਣੀ ਬੈਠੇ ਨੇ, ਗੁਰਲਾਲ ਸਿੰਘ ਜੀ ਨੇ, ਕਿਸੇ ਨੂੰ ਵੀ ਪੁੱਛ ਕੇ ਇਹ ਸਾਖੀਆਂ ਸੁਣ ਕੇ ਇਹੋ ਜਿਹੀਆਂ ਅੱਗੋਂ ਆਪਣੇ ਬੱਚਿਆਂ ਨੂੰ ਸੁਣਾਇਆ ਕਰੋ। ਇਹ ਸਾਖੀਆਂ ਜੇ ਸਾਡੇ ਘਰਾਂ ਵਿੱਚ ਹੋਣਗੀਆਂ ਅਤੇ ਕਿਰਪਾ ਤਾਂ ਉਹਨਾਂ ਦੀ ਨਾਲ ਹੋਣਾ, ਪਰ ਸਾਡੇ ਬੱਚੇ ਜ਼ਰੂਰ ਸਿੱਖ ਰਹਿ ਜਾਣਗੇ, ਸਾਨੂੰ ਸਿੱਖ ਹੋਣ ਦਾ ਮਾਣ ਹੋਣ ਲੱਗ ਜਾਏਗਾ। ਸੋ ਇਹ ਸਾਖੀਆਂ ਸਾਡੇ ਘਰਾਂ ਵਿੱਚ ਹੁੰਦੀਆਂ ਰਹਿਣ। ਸਾਡੀ ਇਹ ਕਥਾ ਕਰਨ ਦਾ ਇੱਥੇ ਪ੍ਰਯੋਜਨ ਇਹ ਹੈ ਕਿ ਇਹ ਸਾਖੀਆਂ ਤੁਸੀਂ ਸੁਣੋ, ਅੱਗੋਂ ਆਪਣੇ ਬੱਚਿਆਂ ਨੂੰ ਸੁਣਾਓ ਕਿ ਕੁਦਰਤੀ ਹੁੰਦਾ ਕਿ ਛੋਟੇ ਬੱਚੇ ਮਾਵਾਂ ਕੋਲੋਂ, ਘਰਾਂ ਵਿੱਚ ਦਾਦੀਆਂ ਕੋਲੋਂ, ਨਾਨੀਆਂ ਕੋਲੋਂ ਇਹ ਕਹਿੰਦੇ ਨੇ ਕਿ ਸਾਨੂੰ ਕੋਈ ਸਾਖੀ ਸੁਣਾਓ। ਆਪਾਂ ਕੋਈ ਨਾ ਕੋਈ ਉਹਨਾਂ ਨੂੰ ਸਟੋਰੀ ਸੁਣਾਉਂਦੇ ਹਾਂ, ਪਰ ਜੇ ਉਹ ਸਟੋਰੀਆਂ ਦੀ ਥਾਂ ਇਹ ਸੱਚ ਪਾਤਸ਼ਾਹ ਦੀਆਂ ਸਾਖੀਆਂ ਉਹ ਆ ਜਾਣ ਅਤੇ ਸਾਡੇ ਘਰ ਵਿੱਚ ਸਿੱਖੀ ਪੱਕੀ ਹੋ ਜਾਂਦੀ ਹੈ। ਸੋ ਇਹ ਬੇਨਤੀ ਸੀ। ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਦਾ ਇੱਕ ਪਾਠ ਕਰਕੇ ਉਸ ਤੋਂ ਬਾਅਦ ਫਿਰ ਉਸ ਤਰ੍ਹਾਂ ਹੀ ਨਾਮ ਸਿਮਰਨ ਚੱਲਦਾ ਰਹੇ।